ਸਰ ਕੀ ਮਾਮਲਾ? ਸਾਰਾ ਚਿਹੜੂ ਰੇਲਵੇ ਸਟੇਸ਼ਨ ਤੋਂ ਡੈੱਡ ਬੋਡੀ ਮਿਲੀ ਹੈ। ਅਤੇ ਸਟੇਸ਼ਨ ਮਾਸਟਰ ਚਿਹੜੂ ਨੇ ਰੇਲਵੇ ਸਟੇਸ਼ਨ ਫੁਆੜੇ ਬੰਦਾ ਭੇਜ ਕੇ ਇਤਲਾਹ ਦਿੱਤੀ ਸੀ ਕਿ ਇੱਕ ਡੈੱਡ ਬੋਡੀ ਚਿਹੜੂ ਰੇਲਵੇ ਸਟੇਸ਼ਨ 'ਤੇ ਪਈ ਹੈ ਅਤੇ ਕਿਰਪਾ ਕਰਕੇ ਕਾਰਵਾਈ ਲੈ ਆਓ ਜੀ। ਅਤੇ ਇਸ ਲਈ ਅਸੀਂ ਕਾਰਵਾਈ ਲਈ ਇੱਥੇ 174 CRPC ਦੀ ਕਾਰਵਾਈ ਲੈ ਆਏ ਹਾਂ। ਤੁਹਾਨੂੰ ਕਦੋਂ, ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ? ਪ੍ਰਾਈਵੇਟ ਮੋਚ ਪ੍ਰਾਈਵੇਟ ਵਹੀਕਲ ਦੇ ਨਾਲ ਸਿਵਲ ਹਸਪਤਾਲ ਫਗਵਾੜਾ ਪਹੁੰਚਾਇਆ ਜਾ ਰਿਹਾ ਹੈ। ਅਤੇ ਜੇ ਕੋਈ ਕਿਸੇ ਨੇ ਕੰਟੈਕਟ ਕਰਨਾ ਤਾਂ ਸਰ ਜੇ ਤੁਹਾਨੂੰ ਕਿਸੇ ਨੇ ਕੰਟੈਕਟ 74 6634 'ਤੇ ਸੰਪਰਕ ਕੀਤਾ ਜਾਂਦਾ। ਤੁਹਾਨੂੰ ਸਰ ਕਿੰਨੇ ਵਜੇ ਸੂਚਨਾ ਮਿਲੀ ਸੀ, ਤੁਸੀਂ ਕਿੰਨੇ ਵਜੇ ਪੁੱਜੇ ਇੱਥੇ? ਸਾਨੂੰ ਤਕਰੀਬਨ 7:45 'ਤੇ ਸੂਚਨਾ ਮਿਲੀ ਸੀ ਅਤੇ ਤੁਸੀਂ ਟਾਈਮ ਦੇਖ ਲਓ ਹੁਣ ਕੀ ਹੋ ਗਿਆ। ਸੋ ਇਹ ਜਿਹੜੀ ਡੈੱਡ ਬੋਡੀ, ਜਿਹੜੀ ਡੈੱਡ ਬੋਡੀ ਸਰ ਮਿਲੀ ਹੈ, ਕਿਸੇ ਬਜ਼ੁਰਗ ਦੀ ਲੱਗ ਰਹੀ ਹੈ, ਔਰ ਕਿੰਨੀ ਕੁ ਉਮਰ ਲੱਗ ਰਹੀ? ਕੁਛ ਸ਼ਨਾਖਤ ਵਗੈਰਾ ਹੋਈ ਹੈ ਇਸਦੀ? ਕੋਈ ਸ਼ਨਾਖਤ ਨਹੀਂ ਹੋ ਸਕੀ ਇਹਦੀ, ਇਹ ਬਜ਼ੁਰਗ ਲੱਗਦਾ ਕੋਈ। ਅਤੇ ਕੁਛ ਜਿੱਦਾਂ ਆ ਕੇ ਲੰਮੇ ਪੈ ਜਾਂਦੇ ਆ ਵੇਲੇ ਕੁ ਵੇਲੇ ਅਤੇ ਉਹ ਚੱਲ ਜਾਂਦੇ ਆ ਅਤੇ ਜੀ ਇਹਦੀ ਪਛਾਣ ਨਹੀਂ ਹੋ ਸਕੀ। ਪਹਿਚਾਣ ਦੇ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ। ਕੀ ਮਿਲਿਆ, ਕੀ ਇਹਨਾਂ ਕੋਲ? ਇਹਨਾਂ ਕੋਲ ਕੁਛ ਨਹੀਂ ਫਿਲਹਾਲ ਮਿਲਿਆ ਜੀ। ਅੱਛਾ ਜੀ, ਸੋ ਕੀ ਲੱਗਦਾ ਹੈ, ਕੁਦਰਤੀ ਮੌਤ ਹੋਈ ਹੈ ਜਾਂ ਕੁਛ? ਕੁਦਰਤੀ ਮੌਤ ਹੈ ਜੀ। ਸੋ ਅਗਰ ਇਸ ਬਾਰੇ ਕਿਸੇ ਨੇ ਕੋਈ ਸੂਚਨਾ ਲੈਣੀ ਹੋਵੇ ਤਾਂ ਤੁਹਾਨੂੰ ਕਿਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ? ਅਗਰ ਸੂਚਨਾ ਕੋਈ ਲੈਣੀ ਆ 94 174 6634 'ਤੇ ਕਾਲ ਕਰਕੇ ਸੂਚਨਾ ਲੈ ਸਕਦੇ। ਗੱਲਬਾਤ ਕਰਨ ਲਈ ਧੰਨਵਾਦ।